ਕੋਹਿੰੂਰ ਹੀਰੇ ਨੂੰ ਭਾਰਤ ਵਾਪਸ ਲੈਉਣ ਤੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਜੇ ਇਹ ਕੋਹਿੰੂਰ ਹੀਰਾ ਵਾਪਸ ਆਉਂਦਾ ਤਾਂ ਉਹ ਸ੍ਰੀ ਹਰਮੰਦਰ ਸਾਹਿਬ ਨੂੰ ਇਹ ਹੀਰਾ ਸੌਂਪ ਦੇਣਗੇ ਨਾਲ ਹੀ ਉਹਨਾਂ ਕਿਹਾ ਕਿ ਇਸ ਹੀਰੇ ਨਾਲ ਪਾਕਿਸਤਾਨ ਦਾ ਕੋਈ ਲੈਣਾ ਦੇਣਾ ਨਹੀਂ ਇਹ ਮਹਾਰਾਜਾ ਦਲੀਪ ਸਿੰਘ ਨੇ ਮਲਕਾਂ ਨੂੰ ਕੋਈ ਭੇਟ ਨਹੀਂ ਕੀਤਾ ਹੈਗਾ ਨਾ ਉਹਨੇ ਹੀਰਾ ਗਿਫਟ ਕੀਤਾ ਇਹ ਐਵੇਂ ਗੱਲ ਬਣਾਈ ਗਈ ਹੈ ਉਹ ਉਸ ਲਈ ਨਪਾਲਿਕ ਸੀ ਮਹਾਰਾਜਾ ਦਲੀਪ ਸਿੰਘ ਤੇ ਹੀਰਾ ਜਿਹੜਾ ਇਹ ਲਾਰਡ ਰਹਾਉਦੀ ਲੈ ਕੇ ਗਿਆ ਉਹਨੇ ਹੀ ਮਹਾਰਾਣੀ ਨੂੰ ਭੇਟ ਕੀਤਾ ਮਲਕਾ ਐਲਜੀਬੇਥ ਨੂੰ ਨਾ ਮਲਕਾ ਵਿਕਟੋਰੀਆ ਨੂੰ ਹਿੰਦਸਤਾਨ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਦਾ ਜਿਹੜਾ ਜਨਰਲ ਟੌਰਨੀਆ ਉਹਨੇ ਬਿਆਨ ਦਿੱਤਾ ਸੀ ਹੀਰੇ ਦੇ ਬਾਰੇ ਕਿ ਸਾਨੂੰ ਨਹੀਂ ਚਾਹੀਦਾ ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ ਹੈ ਹੀਰਾ ਹਿੰਦ ਭਾਰਤ ਦਾ ਇਹ ਉਹ ਪੰਜਾਬ ਦੇ ਵਿੱਚ ਆਉਣਾ ਚਾਹੀਦਾ ਔਰ ਸਾਡੇ ਪਰਿਵਾਰ ਨੂੰ ਤੇ ਜਗਤਿਕਾਂ ਨੂੰ ਇਹ ਹੀਰਾ ਮਿਲਣਾ ਚਾਹੀਦਾ